ਜਲੰਧਰ ਵੈਸਟ ਬਾਈ ਇਲੈਕਸ਼ਨਾਂ ਦੇ ਲਈ ਅੱਜ ਵੋਟਿੰਗ ਸ਼ੁਰੂ ਹੋ ਚੁੱਕੀ ਹੈ। 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ। ਆਪਾਂ ਇਸ ਵੇਲੇ ਬਸਤੀ ਬਾਵਾ ਖੇਲ ਦੇ ਇੱਕ ਪੋਲਿੰਗ ਬੂਥ ਤੇ ਖੜੇ ਆ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਸਵੇਰੇ ਸਵੇਰੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਗਏ ਨੇ। ਔਰ ਜਿਸ ਤਰ੍ਹਾਂ 1 ਮਹੀਨਾ ਪਹਿਲਾਂ ਆਪਾਂ ਦੇਖੇ ਸੀਗੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜੋ ਇੰਤਜ਼ਾਮ ਕੀਤੇ ਗਏ ਸੀਗੇ ਗਰਮੀ ਤੋਂ ਰਾਹਤ ਦੇਣ ਦੇ ਲਈ, ਸਭ ਤੋਂ ਪਹਿਲਾਂ ਜੇ ਤਸਵੀਰਾਂ ਮੈਂ ਤੁਹਾਨੂੰ ਦਿਖਾਵਾਂ ਤਾਂ ਸਪੀਲ ਦਾ ਇੰਤਜ਼ਾਮ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ। ਉਸ ਤੋਂ ਬਾਅਦ ਲਗਾਤਾਰ ਲੋਕ ਜਿਹੜੇ ਨੇ ਇੱਥੇ ਵੋਟ ਦਾ ਇਸਤੇਮਾਲ ਕਰਨ ਆ ਗਏ ਨੇ। ਤੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਵਾਂ ਕਿ ਜਿਸ ਤਰ੍ਹਾਂ ਇਸ ਹਲਕੇ ਦੇ ਵਿੱਚ ਜਲੰਧਰ ਵੈਸਟ ਹਲਕੇ ਦੇ ਵਿੱਚ 1,71,000 ਵੋਟਰ ਜਿਹੜੇ ਨੇ ਉਹ ਰਜਿਸਟਰ ਕੀਤੇ ਗਏ ਨੇ, ਤਾਂ ਸਾਰਾ ਦਾਰਮਦਾਰ ਅੱਜ ਇਸ ਇਲੈਕਸ਼ਨ ਦਾ ਇਹੀ ਬਣਦਾ ਹੈ ਕਿ ਕਿੰਨੀ ਵੱਧ ਪੋਲ ਪਰਸੈਂਟੇਜ ਹੁੰਦੀ ਹੈ। ਬਾਈ ਇਲੈਕਸ਼ਨ ਹੈ, 1 ਮਹੀਨਾ 10 ਦਿਨ ਪਹਿਲਾਂ ਵੀ ਲੋਕਾਂ ਨੇ ਲੋਕ ਸਭਾ ਉਮੀਦਵਾਰ ਚੁਣਨ ਦੇ ਲਈ ਵੋਟਾਂ ਪਾਈਆਂ ਸੀਗੀਆਂ। ਤਾਂ ਜਦੋਂ 1 ਜੂਨ ਨੂੰ ਵੋਟਾਂ ਪਈਆਂ ਸੀਗੀਆਂ ਉਦੋਂ ਇੱਥੇ ਇਸ ਹਲਕੇ ਦੇ ਵਿੱਚ 1,10,000 ਵੋਟਾਂ ਲੋਕਾਂ ਨੇ ਕਾਸਟ ਕੀਤੀਆਂ ਸੀਗੀਆਂ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁੱਲ ਗਿਣਤੀ ਇਸ ਵੇਲੇ 1,71,000 ਵੋਟਾਂ ਦੀ ਹੈ। ਉਹਨਾਂ ਦੇ ਵਿੱਚੋਂ ਜਿਸ ਵੱਧ ਤੋਂ ਵੱਧ ਜੇਕਰ ਵੋਟ ਪੈਂਦੀ ਅੱਜ ਤਾਂ ਫਿਰ ਨਤੀਜੇ ਬਹੁਤ ਰੋਮਾਂਚਕ ਹੋ ਸਕਦੇ ਨੇ। ਦਾਰੋਂ ਦਾ ਸਾਰਾ ਇਸੇ 'ਤੇ ਟਿਕਿਆ ਹੋਇਆ ਕਿ ਨਤੀਜੇ ਕੀ ਹੋਣਗੇ। ਬੀਜੇਪੀ ਦੇ ਵੱਲੋਂ ਜਿਸ ਤਰ੍ਹਾਂ ਸ਼ੀਤਲ ਅੰਗਰਾਲ ਉਮੀਦਵਾਰ ਨੇ, ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹੁੰਦੇ ਸੀਗੇ, ਉਹਨਾਂ ਦੇ ਅਸਤੀਫੇ ਤੋਂ ਬਾਅਦ ਹੀ ਇਹ ਸੀਟ ਖਾਲੀ ਹੋਈ ਔਰ ਜਿਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਅੱਜ ਚੋਣ ਕਰਾਉਣਾ ਪੈ ਰਿਹਾ ਹੈ। ਤਾਂ ਇਹ ਤਸਵੀਰਾਂ ਤੁਸੀਂ ਇਸ ਵੇਲੇ ਬਸਤੀ ਬਾਵਾ ਖੇਲ ਦੇ ਇੱਕ ਪੋਲਿੰਗ ਬੂਥ ਦੀਆਂ ਤੁਸੀਂ ਦੇਖ ਰਹੇ ਹੋ, ਜਿੱਥੇ ਲੋਕਾਂ ਦੇ ਵਿੱਚ ਰੁਝਾਨ ਜਿਹੜਾ ਹੈ ਵੋਟਿੰਗ ਨੂੰ ਲੈ ਕੇ ਹੌਲੀ ਹੌਲੀ ਨਜ਼ਰ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਹੁਣੇ ਸਿਰਫ 7:10 ਹੋਏ ਨੇ ਜਦੋਂ ਆਪਾਂ ਤੁਹਾਡੇ ਤੱਕ ਇਹ ਰਿਪੋਰਟ ਲੈ ਕੇ ਆ ਰਹੇ ਹਾਂ। ਤੇ ਜਿਹੜੇ ਲੋਕ ਕੰਮਾਂ ਕਾਰਾਂ ਤੇ ਜਾਣਾ ਚਾਹੁੰਦੇ ਨੇ ਉਹ ਪਹਿਲਾਂ ਹੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਵੋਟ ਕਾਸਟ ਕਰਕੇ ਆਉਣਾ ਸ਼ੁਰੂ ਹੋ ਗਏ ਨੇ। ਤੁਸੀਂ ਵੋਟ ਪਾ ਕੇ ਆਏ ਸਰ, ਕੀ ਲੱਗ ਰਿਹਾ ਕਿਸ ਤਰ੍ਹਾਂ ਦਾ ਉਮੀਦਵਾਰ ਤੁਹਾਡਾ ਹੋਣਾ ਚਾਹੀਦਾ, ਕਿਉਂਕਿ 1 ਮਹੀਨੇ ਦੇ ਅੰਦਰ ਤੁਹਾਨੂੰ ਮਿਲਦਾ ਦੂਜੀ ਵਾਰੀ ਵੋਟ ਪਾਉਣ ਆਉਣਾ ਪਿਆ? ਵੈਸੇ ਵੋਟ ਪਾਉਣ ਆਉਣਾ ਨਹੀਂ ਚਾਹੀਦਾ ਸੀਗਾ, ਕਿਉਂਕਿ ਟਾਈਮ ਵੀ ਖਰਾਬ ਹੁੰਦਾ ਵੀ ਗਵਰਨਮੈਂਟ ਨੂੰ ਸੋਚਣਾ ਚਾਹੀਦਾ। ਬਟ ਜਿਹੜਾ ਵੀ ਉਮੀਦਵਾਰ ਆਵੇ ਚੰਗਾ ਆਵੇ, ਆਪਣੇ ਇੱਥੇ ਹਲਕੇ ਵਾਸਤੇ ਚੰਗੇ ਕੰਮ ਕਰੇ। ਕੀ ਸਮੱਸਿਆਵਾਂ ਨੇ ਤੁਹਾਡੇ ਹਲਕੇ ਦੀਆਂ ਜੋ ਤੁਸੀਂ ਅੱਜ ਸੋਚ ਕੇ ਈਵੀਐਮ ਤੇ ਗਏ? ਸਮੱਸਿਆਵਾਂ ਸਾਰੀਆਂ ਕਹਿੰਦੇ, ਕੋਈ ਦੱਸਣ ਵਾਲੀ ਯੂਨਿਟ ਨਹੀਂ ਹੈਗੀ, ਪਾਣੀ ਦੀ ਸਮੱਸਿਆ ਆ, ਇੱਥੇ ਮੋਟਰ ਖਰਾਬ ਰਹਿੰਦੀ ਆ, ਬੜੀਆਂ ਹੋਰ ਬੜੀਆਂ ਸੜਕਾਂ ਦੀ ਸਮੱਸਿਆ ਆ, ਅੰਦਰ ਬੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਲੋਕਾਂ ਦੀ ਸਮੱਸਿਆਵਾਂ ਨੇ। ਲੋਕ ਹੀ ਆਪਣੇ ਸਮੱਸਿਆਵਾਂ ਦਾ ਹੱਲ ਸੋਚ ਕੇ ਮਾਈਂਡ ਦੇ ਵਿੱਚ ਦਿਮਾਗ ਦੇ ਵਿੱਚ ਇਹ ਸੋਚ ਕੇ ਹੀ ਵੋਟ ਕਾਸਟ ਕਰਨ ਆਏ ਨੇ। ਔਰ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ, ਕਿਉਂਕਿ ਸ਼ੀਤਲ ਅੰਗਰਾਲ ਬੀਜੇਪੀ ਦੇ ਉਮੀਦਵਾਰ ਨੇ, ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਗਤ ਉਮੀਦਵਾਰ ਬਣੇ ਨੇ, ਔਰ ਕਾਂਗਰਸ ਦੇ ਵੱਲੋਂ ਸੁਰਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਗਿਆ। ਇਹ 3 ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚ ਇਹ ਮੁਕਾਬਲਾ ਦੇਖਣ ਨੂੰ ਮਿਲ ਰਿਹਾ, ਕੜਾ ਮੁਕਾਬਲਾ ਇਹਨਾਂ 3 ਉਮੀਦਵਾਰਾਂ ਦੇ ਵਿੱਚ ਹੀ। ਹਾਲਾਂਕਿ ਅਕਾਲੀ ਦਲ ਦੇ ਵੱਲੋਂ ਵੀ ਸੁਰਜੀਤ ਕੌਰ ਪਾਰਟੀ ਦੇ ਉਮੀਦਵਾਰ ਤੇ ਹੈਗੇ ਨੇ, ਪਰ ਜਿਸ ਤਰ੍ਹਾਂ ਸੁਰਜੀਤ ਕੌਰ ਦਾ ਕਿੱਸਾ ਰਿਹਾ, ਪਹਿਲਾਂ ਟਿਕਟ ਦਿੱਤੀ ਗਈ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ, ਫਿਰ ਅਕਾਲੀ ਦਲ ਨੇ ਕਿਹਾ ਕਿ ਆਪਾਂ ਇਹਨਾਂ ਦਾ ਸਮਰਥਨ ਨਹੀਂ ਕਰਦੇ, ਫਿਰ ਸਵੇਰੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਸੁਰਜੀਤ ਕੌਰ, ਔਰ ਸ਼ਾਮ ਨੂੰ ਫਿਰ ਤੋਂ ਅਕਾਲੀ ਦਲ ਵੱਲ ਆ ਜਾਂਦੇ ਨੇ। ਸਾਡੇ ਨਾਲ ਇੱਥੇ ਬੀਜੇਪੀ ਨੇਤਾ ਕੁਨਾਲ ਸ਼ਰਮਾ ਜੀ ਨੇ। ਸ਼ਰਮਾ ਜੀ, ਦੁਬਾਰਾ ਮਿਹਨਤ ਕਰਨੀ ਪੈ ਰਹੀ ਹੈ, ਤੁਹਾਡਾ ਹੀ ਹਲਕਾ ਪੈਂਦਾ ਮੈਨੂੰ ਲੱਗਦਾ ਹੈ, ਦੁਬਾਰਾ ਮਿਹਨਤ ਕਰਨੀ ਪਈ, ਕੀ ਲੱਗ ਰਿਹਾ ਤੁਹਾਨੂੰ? ਲੋਕਾਂ ਦੇ ਅੰਦਰ ਨਿਰਾਸ਼ਾ ਵੀ ਹੈਗੀ ਹੈ, ਨਾਰਾਜ਼ਗੀ ਵੀ ਹੈਗੀ ਕਿ ਤੁਹਾਡੇ ਜਿਹੜੇ ਨੇਤਾ ਨੇ ਇਹ ਇਹਨਾਂ ਨੇ ਅਸਤੀਫਾ ਦਿੱਤਾ ਹੀ ਕਿਉਂ ਸੀਗਾ, ਅੱਜ ਨੌਬਤ ਹੀ ਨਾ ਪੈਂਦੀ ਵੋਟਾਂ ਦੀ? ਦੇਖੋ, ਜੇ ਅਸਤੀਫਾ ਦਿੱਤਾ ਤੇ ਉਹਨਾਂ ਦੇ ਕੰਮ ਨਹੀਂ ਹੋਏ ਤੇ ਉਹਨਾਂ ਨੇ ਅਸਤੀਫਾ ਦਿੱਤਾ। ਜੇ ਤੁਸੀਂ ਦੇਖਿਓ ਇਲੈਕਸ਼ਨ ਦੇ ਦੌਰਾਨ ਲੁਧਿਆਣਿਓਂ, ਅੰਮ੍ਰਿਤਸਰ ਤੋਂ, ਨਕੋਦਰ ਤੋਂ ਸੀਵਰੇਜ ਵਾਲੀਆਂ ਗੱਡੀਆਂ ਜੇ ਮੰਗਾਈਆਂ ਗਈਆਂ, ਕਿਆ ਉਹ ਪਹਿਲਾਂ ਨਹੀਂ ਸੀ ਮੰਗਾਈਆਂ ਜਾ ਸਕਦੀਆਂ? ਇਲੈਕਸ਼ਨ ਦੇ ਦੌਰਾਨ ਹੀ ਕਿਉਂ ਆਈਆਂ? ਸੀਐਮ ਸਾਹਿਬ ਜਲੰਧਰ ਆ ਕੇ ਬੈਠੇ, ਜੇ ਉਹਨਾਂ ਨੇ ਕੰਮ ਕੀਤੇ ਹੁੰਦੇ ਤੇ ਉਹਨਾਂ ਨੂੰ ਜਲੰਧਰ ਆ ਕੇ ਬਹਿਣ ਦੀ ਲੋੜ ਕੀ ਸੀਗੀ? ਚੰਡੀਗੜ੍ਹ ਬਹਿ ਕੇ ਵੀ ਇਲੈਕਸ਼ਨ ਲੜਾਏ ਜਾ ਸਕਦੇ ਸੀ। ਇਹ ਮੇਰੇ ਹਿਸਾਬ ਨਾਲ, ਮੈਂ ਆਪਣੀ ਹੋਸ਼ 'ਚ ਪਹਿਲੀ ਵਾਰੀ ਦੇਖ ਰਿਹਾ ਇੱਕ ਬਾਈ ਇਲੈਕਸ਼ਨ ਲਈ ਇੱਕ ਸਪੈਸ਼ਲ ਸੀਐਮ 20 ਦਿਨ ਤੋਂ ਇੱਕ ਕੌਂਸਟੀਚੁਐਂਸੀ 'ਚ ਬੈਠਣ, ਤੇ ਉਹਦੇ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਸੀ। ਜੇ ਕੰਮ ਨਤੀਜੇ ਕੀ ਲੱਗਦੇ ਨੇ ਤੁਹਾਨੂੰ, ਕਿਉਂਕਿ ਜਿਹੜੇ 1 ਮਹੀਨਾ 10 ਦਿਨ ਪਹਿਲਾਂ ਦੀ ਆਪਾਂ ਜੇ ਵੋਟਾਂ ਦੀ ਗੱਲ ਕਰੀਏ ਤਾਂ ਫਿਰ ਉਦੋਂ ਤਾਂ
ਕੰਪੀਟੀਸ਼ਨ ਸੀਗਾ ਕਾਂਗਰਸ ਔਰ ਬੀਜੇਪੀ ਦੇ ਵਿਚਕਾਰ। ਹੁਣ ਤੁਸੀਂ ਆਪ ਜ਼ਿਕਰ ਕਰ ਰਹੇ ਹੋ ਕਿ ਖੁਦ ਮੁੱਖ ਮੰਤਰੀ ਇੱਥੇ ਬੈਠੇ ਰਹੇ, ਉਹਨਾਂ ਦਾ ਪਰਿਵਾਰ ਡਟਿਆ ਰਿਹਾ, ਪੂਰੀ ਆਮ ਆਦਮੀ ਪਾਰਟੀ ਇੱਥੇ ਡਟੀ ਰਹੀ, ਤਾਂ ਹੁਣ ਮੁਕਾਬਲਾ ਕਿਤੇ ਇਹਦੇ ਵਿਚਕਾਰ ਹੈ? ਪਹਿਲਾਂ ਤਾਂ ਇਹ 44,000 ਕਾਂਗਰਸ ਨੂੰ ਔਰ 42,000 ਬੀਜੇਪੀ ਨੂੰ ਪਈ ਸੀ ਵੋਟਾਂ। ਜੀ ਬਿਲਕੁਲ, ਜੇ ਉਹਨਾਂ ਨੇ ਕੰਮ ਕੀਤੇ ਹੁੰਦੇ, ਤੁਸੀਂ ਇੱਕ ਮਹੀਨੇ ਪਹਿਲਾਂ ਹੀ 15,000 ਵੋਟ ਪਈ ਆ ਆਮ ਆਦਮੀ ਪਾਰਟੀ ਨੂੰ, ਅਤੇ ਸੰਭਾਵਿਕ ਸੀ, ਉਹਨਾਂ ਦਾ ਡਰ ਸੀਗਾ, ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਅਤੇ ਉਹਨਾਂ ਨੂੰ ਆ ਕੇ ਇੱਥੇ ਬਹਿਣਾ ਪਿਆ। ਬਿਲਕੁਲ, ਤੁਸੀਂ ਵੀ ਵੋਟ ਕਾਸਟ ਕਰਨ ਆਇਓ? ਖੁਦ ਮੁੱਖ ਮੰਤਰੀ ਇੱਥੇ ਡਟੇ ਰਹੇ ਜਲੰਧਰ ਦੇ ਵਿੱਚ, ਆ ਕੇ ਉਹਨਾਂ ਨੇ ਕਿਰਾਏ ਤੇ ਮਕਾਨ ਲਿਆ, ਪੂਰਾ ਪਰਿਵਾਰ ਉਹਨਾਂ ਦਾ ਡਟਿਆ ਰਿਹਾ, ਪੂਰੀ ਆਮ ਆਦਮੀ ਪਾਰਟੀ ਇੱਥੇ ਡਟੇ ਰਹੀ। ਔਰ ਜਿਵੇਂ ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਫੈਕਟ ਦੱਸ ਦਵਾਂ ਕਿ ਇੱਕ ਮਹੀਨਾ 10 ਦਿਨ ਪਹਿਲਾਂ ਜਿਸ ਤਰ੍ਹਾਂ ਇੱਥੇ ਵੋਟਾਂ ਪਈਆਂ ਜਦੋਂ ਲੋਕ ਸਭਾ ਇਲੈਕਸ਼ਨ ਦੇ ਲਈ, ਤਾਂ ਚਰਨਜੀਤ ਸਿੰਘ ਚੰਨੀ ਕਾਂਗਰਸ ਉਮੀਦਵਾਰ ਸੀਗੇ, ਉਹਨਾਂ ਨੂੰ 44,000 ਵੋਟਾਂ ਪਈਆਂ, 42,000 ਵੋਟਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਪਈਆਂ ਸੀਗੀਆਂ ਜੋ ਬੀਜੇਪੀ ਦੇ ਉਮੀਦਵਾਰ ਸੀਗੇ, ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮਹਿਜ਼ 15,000 ਵੋਟਾਂ ਪਈਆਂ ਸੀਗੀਆਂ ਪਵਨ ਕੁਮਾਰ ਟੀ ਨੂੰ। ਤਾਂ ਇਸ ਵਾਰ ਇਹ ਆਮ ਆਦਮੀ ਪਾਰਟੀ ਦੇ ਲਈ ਵੀ ਬੇਹੱਦ ਜ਼ਰੂਰੀ ਹੋ ਚੁੱਕਿਆ, ਕਿਉਂਕਿ ਪੂਰੀ ਦੀ ਪੂਰੀ ਪਾਰਟੀ ਦੀ ਸਾਖ ਲੱਗੀ ਹੋਈ ਹੈ ਇਸ ਸੀਟ ਦੇ ਉੱਪਰ, ਔਰ 15,000 ਤੋਂ ਕਿੰਨਾ ਗੇਨ ਕਰ ਸਕਦੇ ਨੇ। ਇਸੇ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਜੇ ਸਰਕਾਰ ਇਹ ਸੀਟ ਜਿੱਤਣਾ ਚਾਹੁੰਦੀ ਹੈ ਤੋਂ ਵੱਧ ਵੋਟ ਪੋਲ ਹੋਣਾ ਚਾਹੀਦਾ, ਜਿਵੇਂ 1,10,000 ਅੱਜ ਤੋਂ ਇੱਕ ਮਹੀਨਾ ਪਹਿਲਾਂ ਹੋਈ ਹੈ ਉਹਦੇ ਕੋਲ ਜੇ ਵੋਟ ਪੋਲ ਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਸਰਕਾਰ ਦੇ ਹੱਕ ਦੇ ਵਿੱਚ ਸੀਟ ਜਾਵੇ। ਹਾਲਾਂਕਿ ਲੋਕਾਂ ਨੇ ਕੀ ਮਤਦਾਨ ਕਰਨਾ ਇਹ ਤਾਂ 13 ਤਰੀਕ ਨੂੰ ਇਹਦਾ ਖੁਲਾਸਾ ਹੋਏਗਾ, ਪਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਜਲੰਧਰ ਵੈਸਟ ਦੇ ਲੋਕ ਘਰੋਂ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੇ ਨੇ, ਔਰ ਸ਼ੁਰੂਆਤ ਦੇ ਵਿੱਚ ਕੁਛ ਲੋਕ ਜਿਹੜੇ ਨੇ ਵੋਟ ਕਾਸਟ ਕਰਕੇ ਆਪਣੇ ਪਰਿਵਾਰ ਦੇ ਨਾਲ ਬਾਹਰ ਆਉਂਦੇ ਹੋਏ ਵਿਖਾਈ ਦੇ ਰਹੇ ਨੇ, ਔਰ ਹੋ ਸਕਦਾ ਹੈ ਕਿ ਇਹ ਅੱਜ ਦੀ ਵੋਟਿੰਗ ਜਿਹੜੀ ਹੈ ਸਿਰਫ ਜਲੰਧਰ ਵੈਸਟ ਹੀ ਨਹੀਂ ਪੂਰੇ ਪੰਜਾਬ ਦੀ ਸਿਆਸਤ ਦੀ ਤਸਵੀਰ ਬਦਲ ਦੇਵੇ। ਪੰਜਾਬ ਦੀ ਸਿਆਸਤ ਕੀ ਹੋਏਗੀ, ਪੰਜਾਬ ਦਾ ਸਿਆਸੀ ਮੌਸਮ ਕੀ ਹੋਏਗਾ, ਇਹ ਤੈਅ ਕਰੇਗਾ ਜਲੰਧਰ ਵੈਸਟ ਦਾ ਲੋਕਾਂ ਦਾ ਨਤੀਜਾ, ਜੋ ਲੋਕ ਅੱਜ EVM ਤੇ ਤੈਅ ਕਰਨਗੇ। ਕੈਮਰਾਮੈਨ ਜਤਿਨ ਦੇ ਨਾਲ ਰਿਮਾਂਸ਼ੂ ਗਾਬਾ, ਦੈਨਿਕ ਸਵੇਰਾ TV, ਜਲੰਧਰ ਵੈਸਟ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X और WhatsApp चैनल पर।